ਜੇ ਮੈਂ ਸੁਲਾ ਕਰ ਲੈਂਦਾ ਬਾਦਲਾਂ ਨਾਲ ਮੈਨੂੰ ਤਾਂ ਅੱਜ ਇੱਥੇ ਨਹੀਂ ਸੀ ਵੜਨ ਦੇਣਾ। ਕਿਸੇ ਬੰਦੀ ਸਿੰਘ ਨੇ ਬੀਪੀ ਜੀ ਦੇ ਹਿੱਤ ਦੇ ਵਿੱਚ ਤਾਂ ਬਿਆਨ ਦਿੱਤਾ ਹੀ ਨਹੀਂ। ਅਜੇ ਬੰਦੀ ਸਿੰਘ ਫਿਰ ਉਹ ਸਲਾਹ ਕਰਨਗੇ ਕਿ ਸਿਮਰਨਜੀਤ ਸਿੰਘ ਬੈਠੇ ਜਾਂ ਬੀਬੀ ਬੈਠੇ। ਸੁਖਬੀਰ ਸਿੰਘ ਨੂੰ ਪਤਾ ਨਹੀਂ ਕੀ ਕਰ ਰਹੇ ਹੈਗੇ ਆ, ਕਮਲ ਪੁਰੀ ਦਾ ਕੀ ਇਲਾਜ। ਅੱਜ ਤੱਕ ਸੁਖਬੀਰ ਸਿੰਘ ਬਾਦਲ ਨੂੰ ਬੰਦੀ ਸਿੰਘਾਂ ਦੀ ਕਦੇ ਫਿਕਰ ਨਹੀਂ ਹੋਈ। ਹੁਣ ਤੱਕ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਸਮਾਂ ਰਿਹਾਈ ਦੇ ਵਿੱਚ ਰਿਚਣ ਹੀ ਇਹ ਬਣਦੇ ਰਹੇ। ਅੱਜ ਇਹਨਾਂ ਨੂੰ ਹੇਜ ਆ ਗਿਆ ਬੰਦੀ ਸਿੰਘਾਂ ਦਾ ਸਿਰਫ ਵੋਟਾਂ ਵਾਸਤੇ। ਇਹਨਾਂ ਨੂੰ ਜਦੋਂ ਕੋਈ ਉਮੀਦਵਾਰ ਨਹੀਂ ਲੱਭਾ ਇੱਥੋਂ ਸੰਗਰੂਰ ਜੀਵਨੀ ਚੋਣ ਲਈ, ਤਾਂ ਇਹਨਾਂ ਨੇ ਬੀਬੀ ਕਮਲਦੀਪ ਕੌਰ ਨੂੰ ਲਿਆ ਕੇ ਖੜਾ ਕਰਤਾ। ਅਤੇ ਵੇਖੋ ਜੇ ਬੰਦੀ ਸਿੰਘਾਂ ਦੀ ਗੱਲ ਕਰੀਏ, ਇਹ ਕਹਿੰਦੇ ਬੰਦੀ ਸਿੰਘ ਬੀਬੀ ਜਾ ਕੇ ਸੰਸਦ 'ਚ ਬੋਲੂ ਅਤੇ ਰਿਹਾ ਕਰਾਵਾਂਗੇ। ਜੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਤਾਂ ਸੁਖਬੀਰ ਬਾਦਲ ਐਮ ਪੀ ਆ, ਬੀਬਾ ਹਰਸਿਮਰਤ ਕੌਰ ਐਮ ਪੀ ਆ, ਇਹ ਕਿਉਂ ਨਹੀਂ ਉੱਥੇ ਬੰਦੀ ਸਿੰਘਾਂ ਦੀ ਗੱਲ ਕਰਦੇ ਸੰਸਦ ਦੇ ਵਿੱਚ, ਇਹ ਉੱਥੇ ਗੱਲ ਕਰਦੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ? ਇਹ ਸਿਰਫ ਆਪਦੀ ਜਿਹੜੀ ਸ਼ਾਖ ਇਹਨਾਂ ਦੀ ਖਤਮ ਹੋ ਚੁੱਕੀ ਆ ਉਹਨੂੰ ਬਚਾਉਣ ਲਈ ਤਰਲੋ ਮੱਛੀ ਹੋਏ ਪਏ ਆ। ਸੰਗਰੂਰ ਲੋਕ ਸਭਾ ਜਿਮਨੀ ਚੋਣ ਸੀਟ 'ਤੇ ਪੰਥਕ ਮੁੱਦਾ ਭਾਰੂ ਹੁੰਦਾ ਨਜ਼ਰ ਆ ਰਿਹਾ। ਸਿਆਸੀ ਲੀਡਰ ਇੱਕ ਦੂਜੇ 'ਤੇ ਦੋਸ਼ ਲਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ। ਇਸ ਮਾਮਲੇ 'ਤੇ ਬੋਲਦੇ ਪਰਮਿੰਦਰ ਢੀਂਡਸਾ ਨੇ ਕਿਹਾ ਹੈ ਕਿ ਪੰਥ ਹਿਤੈਸ਼ੀ ਹੋਣ ਕਰਕੇ ਜੇਕਰ ਭਾਈ ਰਾਜੋਆਣਾ ਦੀ ਭੈਣ ਅਕਾਲੀ ਦਲ ਬਾਦਲ ਦੀ ਥਾਂ 'ਤੇ ਆਜ਼ਾਦ ਖੜ੍ਹੀ ਹੁੰਦੀ ਤਾਂ ਉਸ ਨੂੰ ਵੱਧ ਵੋਟਾਂ ਮਿਲਦੀਆਂ। ਇਸ ਸੰਬੰਧੀ ਸੰਗਰੂਰ ਤੋਂ ਅਕਾਲੀ ਦਲ ਮਾਨ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਕਿਸੇ ਵੀ ਕਿਸਮ ਦੀ ਕੋਈ ਸਮਝ ਨਹੀਂ ਹੈ ਅਤੇ ਨਾ ਹੀ ਸੁਖਬੀਰ ਬਾਦਲ ਪੰਥਕ ਨੇ। ਇਸ ਮਾਮਲੇ 'ਤੇ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਬੀਬੀ ਹਰਸਿਮਰਤ ਬਾਦਲ ਮੈਂਬਰ ਪਾਰਲੀਮੈਂਟ ਰਹੇ ਨੇ, ਹੁਣ ਤੱਕ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਹਨਾਂ ਨੇ ਆਵਾਜ਼ ਕਿਉਂ ਨਹੀਂ ਉਠਾਈ? ਭੁੱਲਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸਿਰਫ ਆਪਣੀ ਸਿਆਸੀ ਸਾਖ ਬਚਾਉਣ ਲਈ ਲੱਗਾ ਹੋਇਆ। ਇਸ 'ਤੇ ਬੋਲਦੇ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਜੇਕਰ ਸਿਮਰਨਜੀਤ ਸਿੰਘ ਮਾਨ 22 ਜੂਨ ਤੱਕ ਵੀ ਇਸ ਚੋਣ ਵਿੱਚ ਬੀਬੀ ਕਮਲਦੀਪ ਕੌਰ ਦੇ ਹੱਕ ਵਿੱਚ ਬੈਠਦੇ ਨੇ ਤਾਂ ਪੰਥ ਇੱਕ ਮੰਚ 'ਤੇ ਇਕੱਠਾ ਹੋ ਸਕਦਾ ਹੈ। ਕੱਲ੍ਹ ਚੰਦੂਮਾਜਰਾ ਸਾਹਿਬ ਨੇ ਇੱਕ ਬਿਆਨ ਦਿੱਤਾ ਹੈਗਾ, ਉਹ ਕਹਿੰਦੇ ਵੀ ਸਿਮਰਨਜੀਤ ਸਿੰਘ ਮਾਨ ਵੀ ਜੇ ਪੰਥਕ ਲੜਾਈ ਆਪਾਂ ਲੜ ਰਹੇ ਹਾਂ, ਚਾਹੇ ਸਿੱਖਾਂ ਦੀ ਰਿਹਾਈ ਦੀ ਗੱਲ ਕਰਦੇ ਹੈਗੇ ਹਾਂ, ਵੀ ਇਕੱਠੇ ਹੋਣ ਵਾਸਤੇ ਜੇ ਲਾਸਟ ਦਿਨ 22 ਤਰੀਕ ਨੂੰ ਵੀ 12 ਵਜੇ ਤੋਂ ਪਹਿਲਾਂ ਤੁਸੀਂ ਵਾਪਸ ਲੈ ਸਕਦੇ ਹੋ, ਬੈਠ ਸਕਦੇ ਹੋ ਵੀ ਉਹਨਾਂ ਦੇ ਹੱਕ ਦੇ ਵਿੱਚ, ਰਾਜੋਆਣਾ ਦੀ ਸਿਸਟਰ ਦੇ ਵਿੱਚ, ਕਿਵੇਂ ਦੇਖਦੇ ਹੋ ਜੋ ਜਿਹੜਾ ਉਹਨਾਂ ਨੇ ਬਿਆਨ ਦਿੱਤਾ? ਹੁਣ ਦੱਸੋ ਇਹ ਕਮਲਪੁਰੀ ਦਾ ਕੀ ਇਲਾਜ? ਸੁਖਬੀਰ ਬਾਦਲ ਵੀ ਵਾਰ ਵਾਰ ਜਾਂਦਾ ਤੁਹਾਡੇ ਕੋਲ, ਇੱਕ ਵਾਰ ਆ ਕੇ ਗਏ, ਦੁਬਾਰਾ ਫਿਰ ਹੁਣ ਗੱਲ ਫਿਰ ਉਹੀ ਗੱਲ ਉੱਥੇ ਦੁਬਾਰਾ ਆਉਂਦੀ ਹੈ ਵੀ ਤੁਸੀਂ ਪਿੱਛੇ ਹਟ ਜਾਓ, ਆਪ ਕਿਉਂ ਨਹੀਂ ਪਿੱਛੇ ਹਟੇ, ਕੀ ਕਹਿੰਦਾ? ਮੈਂ ਕਹਿੰਦਾ ਸੁਖਬੀਰ ਜੀ, ਤੁਸੀਂ ਇੱਕ ਜਿਹੜੇ ਬੰਦੀ ਹੈ ਉਹਨਾਂ ਨੂੰ ਅਕਾਲੀ ਦਲ ਬਾਦਲ ਦਾ ਪ੍ਰਧਾਨ ਬਣਾਓ, ਟਕਸਾਲ ਦਾ ਜਥੇਦਾਰ ਬਣਾਓ, ਹਵਾੜਾ ਸਾਹਿਬ ਲੋਹਾਰਾ ਸਾਹਿਬ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਓ, ਇਹ ਹਵਾੜਾ ਸਾਹਿਬ ਨੂੰ, ਅਤੇ SCPC ਦਾ ਪ੍ਰਧਾਨ ਬਣਾਓ ਭੁੱਲਰ ਸਾਹਿਬ ਨੂੰ। ਜੇ ਉਹ ਬੰਦੀਆਂ ਦੇ ਹਿੱਤ ਦੇ ਵਿੱਚ ਹੈ ਤਾਂ ਇਹ ਬੰਦੀਆਂ ਨੂੰ ਜਗ੍ਹਾ ਦੇਣ, ਮੇਰੇ ਕੋਲ ਤਾਂ ਕੋਈ ਜਗ੍ਹਾ ਹੈ ਨਹੀਂ, ਨਾ ਮੇਰੇ ਕੋਲ ਅਹੁਦਾ ਹੈ। ਹੁਣ ਹਾਂਜੀ ਨਾ, ਫਿਰ ਮੇਰਾ ਮਤਲਬ ਬੰਦੀ ਸਿੰਘ ਫਿਰ ਉਹ ਸਲਾਹ ਕਰਨਗੇ ਕਿ ਸਿਮਰਨਜੀਤ ਸਿੰਘ ਬੈਠੇ ਜਾਂ ਬੀਬੀ ਬੈਠੇ। ਕਿਸੇ ਬੰਦੀ ਸਿੰਘ ਨੇ ਬੀਬੀ ਜੀ ਦੇ ਹਿੱਤ ਦੇ ਵਿੱਚ ਤਾਂ ਬਿਆਨ ਦਿੱਤਾ ਹੀ ਨਹੀਂ ਅਜੇ, ਪਰ ਕੋਈ ਨਹੀਂ ਦੇ ਰਿਹਾ। ਇੱਕ ਗੱਲ ਹੋਰ ਵੀ ਹੈ, ਸੁਖਬੀਰ ਬਾਦਲ ਦੇ ਨਾਂ ਦਾ ਪੋਸਟਰ ਲੱਗਿਆ, ਨਾ ਵੱਡੇ ਬਾਦਲ ਦੇ ਪੋਸਟਰ ਲੱਗਿਆ, ਸਿਰਫ ਇੱਕ ਰਾਜੋਆਣਾ ਬਲਵੰਤ ਸਿੰਘ ਰਾਜੋਆਣਾ ਦੀ ਫੋਟੋ ਲੱਗੀ ਅਤੇ ਬੀਬੀ ਦੀ ਫੋਟੋ ਲੱਗੀ। ਇਹ ਤਾਂ ਲੱਗੀ ਹੈ ਕਿ ਜੇ ਮੈਂ ਸੁਲਾ ਕਰ ਲੈਂਦਾ ਬਾਦਲਾਂ ਨਾਲ ਮੈਨੂੰ ਤਾਂ ਅੱਜ ਇੱਥੇ ਨਹੀਂ ਸੀ ਵੜਨ ਦੇਣਾ। ਜਿਵੇਂ ਹੁਣ ਪੋਸਟਰ ਨਹੀਂ ਬੀਬੀ ਜੀ ਲਾ ਰਹੇ ਆਪਣੇ, ਜਿਹੜੇ ਇਹ ਜਿਨ੍ਹਾਂ ਨੇ ਖੜਾ ਕੀਤਾ ਹੈ, ਅਤੇ 2014 ਦੇ ਵਿੱਚ ਪਾਰਲੀਮੈਂਟ ਦੇ ਇਲੈਕਸ਼ਨ ਹੋਏ ਸੀ ਅਤੇ ਬੀਬੀ ਜੀ ਪਟਿਆਲੇ ਤੋਂ ਖੜ੍ਹੇ ਹੋਏ ਸੀ,
तो उन्होंने बादल दल की टिकट तो दिती नहीं, टिकट दिती सी एक ढिलों साहब न। पता नहीं बीबी जी तो यह बादल तो चंदू माजरा साहब की कर रहे हैं, कोई असर पेगा फर्क पेगा अपनी थोड़ी बॉडी क्योंकि वह भी देखो तुम जर्नलिस्ट हो, तोड़िया अखा खुलियाँ, तोड़े कन सुनते हैं, जो कुछ तुम देख रहे हो तो की यदा नतीजा निकलूगा, ये तो तुम कढ़ना ना, मैं तो नहीं कुछ करना। पर लड़ाई तो एको ही है ना जी, जिमें पहले पंथक की लड़ाई लैके चले हुए हैं, उधर भी उही बयानबाजी होंगी हैगी है भी सिखा की रिहाई। वो पंथ नहीं है, उन्होंने तो गुरु ग्रंथ साहब की बरगाड़ी बेअदबी कराई है, दो सिंह शहीद कराते हैं, 328 मारन के सरूप बेचते है, इधर उधर करते है, ये पंथ का काम नहीं है, वो पंथ नहीं है। असी तो कहने कि बादल साहब न पी जी आई तो बाहर कढ के प्राइवेट हॉस्पिटल दे विच क्यों ले गए है, पी जी आई सब तो तकड़ा हॉस्पिटल है, जे सुखबीर जी बादल साहब नू चाहते है कि ये ठीक हो जान, तंदुरुस्त हो जान, फिर तो पी जी आई दे विच ही इलाज ठीक है। सुखबीर सिंह पता नहीं की कर रहे हैगे है, उन्होंने असमान पाड़ के गद्दी दिती गई है, उन्होंने समझ नहीं है, अपने पापा जी की भी नहीं समझ हैगी, पी जी आई तो कढ़ के कोई प्राइवेट हॉस्पिटल मोहाली च दाखिल करता है। दसो पंथक मुद्दे किन्ने भारू रहेंगे जी, जिदा सिमर सिंह मान कहते भी असं पंथक दल वालों देखो बादल दल कह रहा है, इधरों तुसीं भी इस मुद्दे नूं उठा रहे हो, असीं सिर्फ इलेक्शन लई उन्हां नूं एक सियासी रोटियां सेकण लई वरतदे ने। अज तक सुखबीर सिंह बादल नूं बंदी सिंघां दी कदे फिक्र नहीं होई, हुण तक जिहड़े बंदी सिंह ने उन्हां नूं समां रिहाई दे विच रचणी इह बणदे रहे, अज इन्हां नूं हेज आ गया बंदी सिंघां दा सिर्फ वोटां वास्ते, ते बीबी जिहड़ी अज खड़ी है वह 2014 च भी खड़ी सी, उदों उहदे खिलाफ़ क्यों कैंडिडेट खड़ा किया, उदों ही उहनूं जिता देंदे, अज सिमरनजीत सिंह मान नूं कह रहे ने भी तुसीं छड्ड दिओ, उदों ही छड्ड देंदे। सो इह इहनां दी जिहड़ी दोगली नीति है, असल दे विच मुद्दा की है, ये आपदी पंथक शाख जिहड़ी है वह गवा चुके ने, इन्हां दा जिहड़ा है लोग इन्हां नूं पंथक गिणदे ही नहीं, वो चीज़ां नूं बहाल करन लई ये सारा ढोंग इन्हां ने रचिया। मैं तो बीबी जी नूं भी बेनती करदा भी तुसीं इन्हां नूं छड्ड के आजाद खड़े हो जाओ, तुहानूं पंथक लोग वोटां पा देणगे, जिन्ना चिर तुसीं इन्हां दे चोण निशान ते खड़ोगे किसी ने तुहानूं वोट नहीं पाउणी। ना तो पंजाब विच जिहड़ी चंगी सोच रखने लोगों ने वोट पाउणी है, ना पंथक सोच रखने वाले लोगों ने वोट पाउणी, सो उन्हां दा नुकसान होगा, उन्हां दी जमानत असीं भी नहीं चाहुंदे भी उन्हां दी जमानत जब्त होवे, क्योंकि एक ऐसे परिवार नाल संबंधित ने भाई राजवान जी का साढ़े मन च भी बहुत सत्कार है, पर उन्हां दी रिहाई लई असीं काम करिए, ना कि उन्हां दे मोढ़े ते रख के जिहड़ी है बंदूक चलाइए। असीं चोणां तों पहलां साडी पार्टी ने टेकअप किया है, दो वारी तो अमित शाह जी नूं मिल चुके हैं बंदी सिंघां दी रिहाई लई, उन्होंने सानू विश्वास भी दवाया भी जिन्हां दे कोई अड़चन नहीं है असीं उन्हां नूं रिहा करांगे, तो असीं तुहानूं रिजल्ट भी लैके देवांगे, इह तां गल्लियां गल्लां करदे ने, असीं तुहानूं रिजल्ट लैके देवांगे, इह चीज़ दा असीं तुहानूं विश्वास दिवांगे, असीं इन्हां नूं चोणां वास्ते नहीं वरतदे, असीं दिलों चाहुंदे आ इह मसले हल ते उन्हां नूं हल करांगे। मैं समझदा संगरूर उप सभा चोण लोक सभा की चोण जी चोण जी मनुखी हकों की राखी लई लड़ाई की चोण आ, मानवी हकों का घाण जिहड़ा होया इस मुल्क दे विच आजाद भारत दे विच कानून विधान सिक्के टाके जो समय समय से सरकारां ने तशद्दद कीते, वह तशद्दद दा सिट्टा कि अज भी बहुत सारे लोग अदालतां वल्लों सुनाईयां सजावां पूरियां होण दे बावजूद भी जेलां विच बंद ने, मतलब उहनां दी रिहाई लई भी ये चोण एक साबित होएगी, दूजा समय दी सरकारां दा जिहड़ा अन्याय धक्का जुल्म आ उन्हों रोकण लई भी ठल पाउण लई भी यह सहाई होएगी, और यह जिहड़ा कुदरती तौर पर संगरूर की विरासत संगरूर का इतिहास इस गल की गवाही आ कि इस इलाके ने हमेशा समय दियां सरकारां दे जुल्म ते तशद्दुद दा मुकाबला किया,
ਭਾਵੇਂ ਮਜਾਰਾ ਮੂਵਮੈਂਟ ਹੋਵੇ, ਰਜਵਾੜਾ ਸ਼ਾਹੀ ਦੇ ਵਿਰੁੱਧ ਲੜਾਈਆਂ ਲੜੀਆਂ ਹੋਣ, ਮਤਲਬ ਕਿੰਨੇ ਹੀ ਸੰਘਰਸ਼ੀ ਲੋਕ ਇਸ ਧਰਤੀ ਤੋਂ ਪੈਦਾ ਹੋਏ, ਸ਼ਹੀਦ ਊਧਮ ਸਿੰਘ ਵਰਗੇ, ਸੇਵਾ ਸਿੰਘ ਠੀਕਰੀ ਵਾਲੇ ਵਰਗੇ, ਸੰਤ ਹਰਚਰਨ ਸਿੰਘ ਲੌਂਗੋਵਾਲ ਵਰਗੇ, ਔਰ ਸੇਵਾ ਆਪਣਾ ਤੇਜਾ ਸਿੰਘ ਸੁਤੰਤਰ ਵਰਗੇ, ਹੀਰਾ ਸਿੰਘ ਭੱਠਲ ਵਰਗੇ। ਸੋ ਇਹ ਹਮੇਸ਼ਾ ਜਬਰ ਅਤੇ ਨਿਆਂ ਦੇ ਵਿਰੁੱਧ ਲੜਨ ਵਾਲੀ ਧਰਤੀ ਆ, ਅਤੇ ਮੈਂ ਸਮਝਦਾ ਲੋਕ ਸਭਾ ਉਪ ਚੋਣ ਸੰਗਰੂਰ ਦੀ ਚੰਗੇ ਨਤੀਜੇ ਕੱਢੇਗੀ। ਜਿਹੜੀ ਕਮਲਦੀਪ ਕੌਰ ਹੈ ਉਮੀਦਵਾਰ, ਉਹ ਅਕਾਲੀ ਦਲ ਦੇ ਉਮੀਦਵਾਰ ਨਹੀਂ ਹੈ, ਉਹ ਸਾਰਿਆਂ ਦੇ ਸਾਂਝੇ ਉਮੀਦਵਾਰ ਨੇ। ਸਾਰੀਆਂ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਨੇ, ਮਾਨਵੀ ਹੱਕਾਂ ਲਈ ਲੜਾਈ ਲੜਨ ਵਾਲੀਆਂ ਜਥੇਬੰਦੀਆਂ ਨੇ, ਪਰ ਸਾਰੀਆਂ ਪਾਰਟੀਆਂ ਨੇ ਸਿਫਾਰਸ਼ ਕਰਕੇ ਇਹਨਾਂ ਨੂੰ ਉਮੀਦਵਾਰ ਬਣਾਇਆ ਸੀ। ਅਕਾਲੀ ਦਲ ਨੇ ਤਾਂ ਆਪਣਾ ਚੋਣ ਨਿਸ਼ਾਨ ਹੀ ਦਿੱਤਾ ਉਹਨਾਂ ਨੂੰ, ਔਰ ਅੱਜ ਤੁਸੀਂ ਦੇਖ ਰਹੇ ਹੋ ਅੱਜ ਲਹਿਰੇ ਹਲਕੇ ਵਿੱਚ ਪਹਿਲੀ ਫੇਰੀ ਆ, ਅਤੇ ਲੋਕਾਂ 'ਚ ਕਿੰਨਾ ਉਤਸ਼ਾਹ, ਕਿਵੇਂ ਲੋਕ ਕੰਮ ਛੱਡ ਕੇ ਆਏ ਨੇ, ਗਰਮੀ ਵੀ ਆ, ਅਤੇ ਇਹ ਇਕੱਠ ਇਸ ਗੱਲ ਦਾ ਦਿਖਾਵਾ ਕਿ ਲੋਕ ਜਿਹੜੇ ਨੇ ਇਸ ਜਬਰ ਅਨਿਆਂ ਦੇ ਵਿਰੁੱਧ ਨਾਲ ਲਾਜ਼ਮੀ ਤੌਰ 'ਤੇ ਕਮਲਦੀਪ ਕੌਰ ਨੂੰ ਜਿਤਾਉਣਗੇ। ਚੰਦੂਰ ਸਰ, ਪਰਮਿੰਦਰ ਢੀਂਡਸਾ ਆਰੋਪ ਲਾ ਰਹੇ ਵੀ ਪਹਿਲਾਂ ਕਿਉਂ ਨਹੀਂ ਇਹ ਗੱਲਾਂ ਚੁੱਕੀਆਂ ਗਈਆਂ, ਪਹਿਲਾਂ ਜਦੋਂ ਬੀਬੀ ਪਹਿਲਾਂ ਖੜੇ ਹੋਏ ਸੀ ਪਟਿਆਲਾ ਤੋਂ, ਉਦੋਂ ਵੀ ਇਹਨਾਂ ਨੇ ਅਕਾਲੀ ਦਲ ਨੇ ਬਰਾਬਰ ਜਿਹੜਾ ਕੈਂਡੀਡੇਟ ਖੜਾ ਕੀਤਾ ਸੀਗਾ, ਉਦੋਂ ਕਿਉਂ ਨਹੀਂ ਸਾਥ ਦਿੱਤਾ? ਦੇਖੋ ਗੱਲ ਤਾਂ ਅੱਜ ਦੀ ਆ, ਅੱਜ ਜਿਵੇਂ ਅੱਜ ਮੇਰਾ ਖਿਆਲ ਪਹਿਲੀ ਵਾਰੀ ਹੋਣਾ ਜਦੋਂ ਸਮੁੱਚਾ ਪੰਥ ਇਕੱਠਾ ਹੋਇਆ, ਤੁਸੀਂ ਵੀ ਦੇਖਦੇ ਹੋ, ਔਰ ਦੂਜੀ ਗੱਲ ਪਹਿਲੀ ਵਾਰੀ ਆ ਜਦੋਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਫਰਮਾਨ ਜਾਰੀ ਕੀਤਾ ਸਮੁੱਚੀਆਂ ਪੰਥਕ ਧਿਰਾਂ ਨੂੰ, ਪੰਥਕ ਜਥੇਬੰਦੀਆਂ ਨੂੰ, ਵੀ ਇੱਕ ਮੰਚ 'ਤੇ ਇਕੱਠੇ ਹੋ ਕੇ ਬੰਦੀ ਸਿੱਖ ਪਰਿਵਾਰਾਂ ਵਿੱਚੋਂ ਕਿਸੇ ਨੂੰ ਉਮੀਦਵਾਰ ਬਣਾਓ। ਅਸੀਂ ਤਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਫਰਮਾਨ ਜਾਰੀ ਕੀਤਾ, ਉਹਨਾਂ ਦੀ ਅਪੀਲ ਮੰਨ ਕੇ ਨਹੀਂ ਤਾਂ ਅਸੀਂ ਵੀ ਆਪਣਾ ਉਮੀਦਵਾਰ ਖੜਾ ਕਰ ਸਕਦੇ ਸੀ। ਡਰਾਮੇਬਾਜ਼ੀ ਦੱਸ ਰਹੇ, ਕਹਿੰਦੇ ਡਰਾਮੇਬਾਜ਼ੀ ਕਰ ਰਿਹਾ ਵੀ, ਮੈਂ ਸਮਝਦਾ ਇਹਨੂੰ ਡਰਾਮੇਬਾਜ਼ੀ ਨਹੀਂ ਦੱਸਣਾ ਚਾਹੀਦਾ। ਸੱਚਾਈ ਤਾਂ ਇਹ ਆ ਕਿ ਪਹਿਲੀ ਵਾਰੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਵੀ ਜਦੋਂ ਪਾਰਟੀ ਆ, ਤੁਸੀਂ ਹੁਣ ਇਕੱਠ 'ਚ ਵੀ ਦੇਖ ਰਹੇ ਹੋ ਰਾਜ ਹਰਿਆਣੇ ਦੇ ਵਿੱਚ, ਮੇਰਾ ਖਿਆਲ ਕੋਈ ਐਸੀ ਪਾਰਟੀ ਹੈ ਜਿਹੜੀ ਪਾਰਟੀ ਨਾਲ ਸੰਬੰਧਿਤ ਕੋਈ ਬੰਦਾ ਨਾ ਆਇਆ ਹੋਵੇ। ਅੱਜ ਲੋਕ ਪਾਰਟੀਬਾਜ਼ੀ ਧੜੇਬੰਦੀ ਛੱਡ ਕੇ ਅੱਜ ਇਕੱਠ ਵਿੱਚ ਇਸ ਕਰਕੇ ਆਏ ਨੇ ਕਿ ਲੋਕ ਕੇਵਲ ਅਤੇ ਕੇਵਲ ਮਨੁੱਖੀ ਹੱਕਾਂ ਦੀ ਲੜਾਈ ਨੂੰ ਮੰਨ ਰਹੇ ਨੇ, ਕੇਵਲ ਅਤੇ ਕੇਵਲ ਮਾਨਵੀ ਹੱਕਾਂ ਦੀ ਰਾਖੀ ਲਈ ਲੜੀ ਜਾ ਰਹੀ ਲੜਾਈ ਮੰਨ ਰਹੇ ਨੇ। ਸੋ ਇਸ ਕਰਕੇ ਇਹਦੇ 'ਚ ਮੈਂ ਸਮਝਦਾ ਕਿਸੇ ਨੂੰ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਲਜ਼ਾਮਬਾਜ਼ੀ ਤੋਂ, ਮੈਂ ਸਮਝ ਤਾਂ ਮਾਨ ਸਾਹਿਬ ਨੂੰ ਵੀ ਅਪੀਲ ਕੀਤੀ ਆ ਕਿ 22 ਤਰੀਕ ਨੂੰ 12 ਵਜੇ ਤੱਕ ਦਾ ਵੀ ਮੌਕਾ ਪਿੱਛੇ ਹਟਣ ਦਾ, ਤਾਂ ਕਿ ਪੰਥ ਇਕੱਠਾ ਹੋ ਜਾਵੇ, ਇੱਕ ਪੰਥਕ ਸ਼ਕਤੀ ਮਜ਼ਬੂਤ ਹੋ ਜਾਵੇ। ਭਾਵੇਂ ਸਾਰੇ ਮੈਂ ਢੀਂਡਸਾ ਸਾਹਿਬ ਨੂੰ ਅਪੀਲ ਕਰਾਂਗਾ ਵੀ ਅੱਜ ਇਸ ਲੜਾਈ ਦੇ ਵਿੱਚ ਸਾਰੇ ਇਕੱਠੇ ਹੋ, ਤਾਂ ਕਿ ਅਸੀਂ ਸਮੇਂ ਦੀ ਸਰਕਾਰ ਨੂੰ ਅਹਿਸਾਸ ਕਰਾ ਸਕੀਏ ਕਿ ਜਬਰ ਤਸ਼ੱਦਦ ਦੇ ਵਿਰੁੱਧ ਸਾਰੇ ਲੋਕ ਇਕੱਠੇ ਨੇ। ਦੇਖੋ ਜਿਹੜੀ ਗੱਲ ਤੁਸੀਂ ਕੀਤੀ, ਵਾਕਈ ਇਹ ਪੰਥਕ ਮੁੱਦਾ ਬਣਾ ਕੇ ਅਕਾਲੀ ਦਲ ਇਲੈਕਸ਼ਨ ਲੜ ਰਿਹਾ। ਵੇਖੋ ਬੀਬੀ ਕਮਲਦੀਪ ਕੌਰ 'ਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਮੈਂ ਸੁਖਬੀਰ ਬਾਦਲ ਦੀ ਗੱਲ ਕਰਾਂ। ਇਹ ਬੀਬੀ ਕਮਲਦੀਪ ਕੌਰ ਜੀ 2014 'ਚ ਪਟਿਆਲੇ ਤੋਂ ਇਲੈਕਸ਼ਨ ਲੜ ਰਹੇ ਸਨ, ਅਤੇ ਉਦੋਂ ਅਕਾਲੀ ਦਲ ਨੇ ਦੀਪਿੰਦਰ ਢਿੱਲੋਂ ਇਹਦੇ ਮੁਕਾਬਲੇ 'ਤੇ ਖੜਾ ਕਰਤਾ, ਬੀਬੀ ਦੇ ਮੁਕਾਬਲੇ। ਅੱਜ ਇਹਨਾਂ ਨੂੰ ਜਦੋਂ ਕੋਈ ਉਮੀਦਵਾਰ ਨਹੀਂ ਲੱਭਾ ਇੱਥੋਂ ਸੰਗਰੂਰ ਜਿਵਣੀ ਚੋਣ ਲਈ, ਅਤੇ ਇਹਨਾਂ ਨੇ ਬੀਬੀ ਕਮਲਦੀਪ ਕੌਰ ਨੂੰ ਲਿਆ ਕੇ ਖੜਾ ਕਰਤਾ। ਅਤੇ ਵੇਖੋ ਜੇ ਬੰਦੀ ਸਿੰਘਾਂ ਦੀ ਗੱਲ ਕਰੀਏ, ਇਹ ਕਹਿੰਦੇ ਬੰਦੀ ਸਿੰਘ ਬੀਬੀ ਜਾ ਕੇ ਸੰਸਦ 'ਚ ਬੋਲੂ ਅਤੇ ਰਿਹਾਅ ਕਰਾਵਾਂਗੇ। ਜੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ, ਤਾਂ ਸੁਖਬੀਰ ਬਾਦਲ ਐਮ ਪੀ ਆ, ਬੀਬਾ ਹਰਸਿਮਰਤ ਕੌਰ ਐਮ ਪੀ ਆ, ਇਹ ਕਿਉਂ ਨਹੀਂ ਉੱਥੇ ਬੰਦੀ ਸਿੰਘਾਂ ਦੀ ਗੱਲ ਕਰਦੇ ਸੰਸਦ ਦੇ ਵਿੱਚ? ਇਹ ਉੱਥੇ ਗੱਲ ਕਰਨ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ? ਇਹ ਸਿਰਫ ਆਪਦੀ ਜਿਹੜੀ ਸ਼ਾਖ ਇਹਨਾਂ ਦੀ ਖਤਮ ਹੋ ਚੁੱਕੀ ਆ, ਉਹਨੂੰ ਬਚਾਉਣ ਲਈ ਤਰਲੋ ਮੱਛੀ ਹੋਏ ਪਏ ਆ।